ਸ਼ਰਮਾ ਨੇ ਸਵਾਲ ਪੁੱਛਿਆ ਕਿ ਪੰਜਾਬ ਦੀ ਬੀਜੇਪੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਨਾਲ ਹੈ, ਸਹਿਯੋਗ ਦੇਵੇਗੀ ਜਾਂ ਨਹੀਂ ਦੇਵੇਗੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ, ਕਿ ਉਹਨਾਂ ਨੂੰ ਸਜ਼ਾ ਦੇਣ ਦੇ ਵਿੱਚ ਪੰਜਾਬ ਦੀ ਬੀਜੇਪੀ ਸਿੱਖਾਂ ਦੇ ਨਾਲ ਹੈ, ਕੋਈ ਹਮਦਰਦੀ ਜਤਾਉਂਦੀ ਆ ਜਾਂ ਨਹੀਂ ਜਤਾਉਂਦੀ ਆ? ਇਸ ਗੱਲ ਦਾ ਜਵਾਬ ਦਿਨੇਸ਼ ਸ਼ਰਮਾ ਨੇ ਜੀ ਪੰਜਾਬ ਹਰਿਆਣਾ ਚੈਨਲ ਦੇ ਉੱਤੇ ਇਸ ਸ਼ਵੇਤ ਮਲਿਕ ਤੋਂ ਪੁੱਛਿਆ। ਮੈਂ ਬੈਠਾ ਸੁਣ ਰਿਹਾ ਸੀ ਬੜੇ ਧਿਆਨ ਦੇ ਨਾਲ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ, ਤੇ ਉਸ ਵਕਤ ਇਸ ਸ਼ਵੇਤ ਮਲਿਕ ਨੇ ਇਹ ਜਵਾਬ ਦਿੱਤਾ, ਕਹਿੰਦਾ ਜੀ ਪੰਜਾਬ ਦੀ ਗੌਰਮੈਂਟ ਨੂੰ, ਕਾਂਗਰਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਦੇ ਖਿਲਾਫ